ਗੱਲ ਅੱਜ ਦੀ ਅੱਜ ਦੀ ਗੱਲ ਕਿਸਾਨ ਅੰਦੋਲਨ ਵਿੱਚੋਂ ਇੱਕ ਖਬਰ ਉਹ ਖਬਰ ਜਿਹੜੀ ਸਾਡਾ ਧਿਆਨ ਮੰਗਦੀ ਆ ਬਹੁਤ ਸਾਰੀਆਂ ਖਬਰਾਂ ਇਸ ਅੰਦੋਲਨ ਦੇ ਵਿੱਚੋਂ ਸਾਨੂੰ ਦੇਖਣ ਨੂੰ ਮਿਲਦੀਆਂ ਕਿ ਬਹੁਤ ਸਾਰੇ ਲੋਕ ਉੱਥੇ ਬੈਠੇ ਆ ਉਹਨਾਂ ਦੇ ਲਈ ਪਿੱਛੋਂ ਰਸਤ ਪਾਣੀ ਪਹੁੰਚ ਰਿਹਾ ਕਿਸੇ ਪਿੰਡ ਦੇ ਵਿੱਚੋਂ ਪਿੰਨੀਆਂ ਪਹੁੰਚ ਰਹੀਆਂ ਕਿਤੇੋਂ ਖਾਣ ਪੀਣ ਦਾ ਹੋਰ ਸਮਾਨ ਪਹੁੰਚ ਰਿਹਾ ਕਿਤੇ ਸਾਈਡਾਂ ਦੇ ਉੱਤੇ ਜਿਹੜੇ ਬ੍ਰੈਡ ਪਕੌੜੇ ਕੱਢੇ ਜਾ ਰਹੇ ਆ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਲੋਕਾਂ ਦੀ ਜ਼ਿੰਦਾਦਿਲੀ ਦੀ ਮਿਸਾਲ ਇਸ ਕਿਸਾਨ ਅੰਦੋਲਨ ਦੇ ਵਿੱਚੋਂ ਪੰਜਾਬੀਆਂ ਦੀ ਜ਼ਿੰਦਾਦਿਲੀ ਦੀ ਮਿਸਾਲ ਇਸ ਕਿਸਾਨ ਅੰਦੋਲਨ ਦੇ ਵਿੱਚੋਂ ਸਾਡੇ ਸਾਹਮਣੇ ਆਈ ਆ ਪਰ ਇੱਕ ਖਬਰ ਜਿਹਨੂੰ ਟਾਈਮਜ਼ ਆਫ ਇੰਡੀਆ ਦੇ ਪ੍ਰਿੰਸੀਪਲ ਕੋਰਸਪੌਂਡੈਂਟ ਨੀਲ ਕਮਲ ਨੇ ਸਾਡੇ ਸਾਹਮਣੇ ਲਿਆਂਦਾ ਉਸ ਖਬਰ ਦੇ ਵਿੱਚ ਕੁਝ ਨੌਜਵਾਨ ਬੱਚੇ ਬੱਚੀਆਂ ਦਿਖ ਰਹੇ ਆ 12 ਦੇ ਕਰੀਬ ਨੇ ਕਿਤਾਬਾਂ ਦਾ ਲੰਗਰ ਲਾ ਕੇ ਬੈਠੇ ਆ ਕਿਤਾਬਾਂ ਦਾ ਲੰਗਰ ਦੇਖੜ ਸੁਣਨ ਦੇ ਵਿੱਚ ਆਪਣੇ ਆਪ ਦੇ ਵਿੱਚ ਬੜੀ ਅਜੀਬ ਜਿਹੀ ਗੱਲ ਲੱਗਦੀ ਆ ਪਰ ਇਹ ਗੱਲ ਸੱਚ ਆ ਮੋਗੇ ਜ਼ਿਲ੍ਹੇ ਦੇ ਇਹ 10-12 ਦੇ ਕਰੀਬ ਨੌਜਵਾਨ ਮੁੰਡੇ ਕੁੜੀਆਂ ਨੇ ਜਿਹੜੇ ਵਕ ਵਕ ਥਾਵਾਂ ਤੇ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਦੇ ਨੇ ਇਹ ਲੋਕਾਂ ਨੂੰ ਕਿਤਾਬਾਂ ਦੇ ਕੇ ਪ੍ਰੇਰਨਾ ਦੇ ਰਹੇ ਆ ਕਿ ਕਿਤਾਬਾਂ ਨਾਲ ਮੋਹ ਪਾਓ ਉਹਨਾਂ ਨੂੰ ਚਿੰਤਾ ਹੈ ਕਿ ਪੰਜਾਬ ਦੇ ਵਿੱਚੋਂ ਕਿਤਾਬਾਂ ਨਾਲ ਮੋਹ ਲੋਕਾਂ ਦਾ ਟੁੱਟ ਰਿਹਾ ਲੋਕ ਕਿਤਾਬਾਂ ਦੇ ਨਾਲ ਉਸ ਤਰੀਕੇ ਨਾਲ ਜੁੜ ਨਹੀਂ ਰਹੇ ਲੋਕ ਕਿਤਾਬਾਂ ਨੂੰ ਉਹਨਾਂ ਪਿਆਰ ਨਹੀਂ ਕਰਦੇ ਇਸ ਗੱਲ ਨੂੰ ਦੇਖ ਕੇ ਜਿੱਥੇ ਜਜ਼ਬੇ ਦੀ ਲੋੜ ਆ ਜਿੱਥੇ ਜ਼ੋਰ ਦੀ ਲੋੜ ਆ ਜਿੱਥੇ ਸਰੀਰ ਨੂੰ ਤੰਦਰੁਸਤ ਰੱਖਣ ਦੀ ਲੋੜ ਆ ਉਹਦੇ ਨਾਲ ਨਾਲ ਹੀ ਮਨ ਨੂੰ ਤੰਦਰੁਸਤ ਰੱਖਣ ਲਈ ਆਪਣੇ ਆਪ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਕਿਤਾਬਾਂ ਦੀ ਲੋੜ ਆ। ਉਹ ਕਿਤਾਬਾਂ ਬੜੀਆਂ ਖੂਬਸੂਰਤ ਕਿਤਾਬਾਂ ਨੇ ਜਿਹੜੀਆਂ ਵੀਡੀਓਜ਼ ਕੁਝ ਸਾਹਮਣੇ ਆਈਆਂ ਉਹਦੇ ਵਿੱਚ ਅਸੀਂ ਦੇਖ ਰਹੇ ਹਾਂ। ਉਹਨਾਂ ਕਿਤਾਬਾਂ ਦੇ ਵਿੱਚ ਡਾਕਟਰ ਜਸਪਾਲ ਸਿੰਘ ਦੀ ਸਿੱਖ ਵਿਰਾਸਤ ਸਿਧਾਂਤ ਤੇ ਵਿਹਾਰ ਵੀ ਪਈ ਆ। ਆਰਬੀ ਯਾਦਤ ਦੀ ਕਿਤਾਬ ਮੇਜਰ ਪ੍ਰੋਬਲਮਸ ਦੈਟ ਫਾਰਮਰ ਫੇਸ ਟੁਡੇ ਵੀ ਪਈ ਆ। ਉੱਥੇ ਰਸੂਲ ਹਮਜ਼ਾ ਤੌਬ ਦੀ ਮੇਰਾ ਦਾਗਿਸਤਾਨ ਵੀ ਪਈ ਆ ਤੇ ਉੱਥੇ ਬੋਰਿਸ਼ ਪੋਲੋਵੋਈ ਦੀ ਅਸਲੀ ਇਨਸਾਨ ਦੀ ਕਹਾਣੀ ਵੀ ਪਈ ਆ। ਮੇਰਾ ਦਾਗਿਸਤਾਨ ਅਸਲੀ ਇਨਸਾਨ ਦੀ ਕਹਾਣੀ ਉਹ ਕਿਤਾਬਾਂ ਜਿਨ੍ਹਾਂ ਕਿਤਾਬਾਂ ਬਾਰੇ ਕਿਹਾ ਜਾਂਦਾ ਕਿ ਜਿਹੜਾ ਇਨਸਾਨ ਜੀਵਨ ਦੇ ਵਿੱਚ ਇੱਕ ਵਾਰੀ ਕਿਤਾਬਾਂ ਪੜ੍ਹ ਲਵੇ ਸਾਰੀ ਉਮਰ ਕਦੇ ਨਿਰਾਸ਼ ਨਹੀਂ ਹੋ ਸਕਦਾ ਕਦੇ ਢੈਂਦੀ ਕਲਾ ਵੱਲ ਨਹੀਂ ਜਾ ਸਕਦਾ ਬੜਾ ਕੁਝ ਨਾ ਕਿਤਾਬਾਂ ਤੋਂ ਉੱਥੇ ਮਿਲ ਰਿਹਾ ਆ ਇਹ ਸੁਨੇਹਾ ਸ਼ਾਇਦ ਉਹ ਨੌਜਵਾਨ ਮੁੰਡੇ ਕੁੜੀਆਂ ਪੰਜਾਬ ਦੇ ਲੋਕਾਂ ਨੂੰ ਕਿਸਾਨਾਂ ਨੂੰ ਨਹੀਂ ਦੇ ਰਿਹਾ ਇਹ ਸੁਨੇਹਾ ਪੂਰੀ ਦੁਨੀਆ ਦੇ ਵਿੱਚ ਪਹੁੰਚਾ ਰਿਹਾ ਪੰਜਾਬੀਆਂ ਦਾ ਕਿਤਾਬਾਂ ਦੇ ਨਾਲ ਮੋਹ ਇੰਨਾ ਜ਼ਿਆਦਾ ਨਹੀਂ ਆ ਅਸੀਂ ਜਿਹੜੇ ਇਸ ਵੇਲੇ ਕੈਨੇਡਾ ਦੇ ਵਿੱਚ ਬੈਠੇ ਹਾਂ ਕੈਨੇਡਾ ਅਮਰੀਕਾ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਪੰਜਾਬੀ ਵਸੇ ਆ ਨਿਗਾਹ ਮਾਰ ਕੇ ਦੇਖੋ ਕਿੱਡੇ ਵੱਡੇ ਵੱਡੇ ਉੱਚੇ ਉੱਚੇ ਘਰ ਨੇ ਜਿਹੜੇ ਸਾਡੀ ਸ਼ਾਨ ਨੇ ਪਰ ਉਹਨਾਂ ਘਰਾਂ ਦੇ ਵਿੱਚ ਕਿੰਨੀਆਂ ਕਿਤਾਬਾਂ ਨੇ ਕਿੰਨੀਆਂ ਕੀ ਹਰ ਘਰ ਦੇ ਵਿੱਚ ਇੱਕ ਲਾਇਬ੍ਰੇਰੀ ਹੈ ਕੀ ਪੜਨ ਦੀ ਆਦਤ ਨਾਲ ਅਸੀਂ ਜੁੜੇ ਆ ਇਹ ਸੁਨੇਹਾ ਸਾਡੇ ਲਈ ਵੀ ਆ ਕਿਤਾਬਾਂ ਕਰੀਕਲਮ ਦੀਆਂ ਸਿਲੇਬਸ ਦੀਆਂ ਕਿਤਾਬਾਂ ਜਿਹੜੀਆਂ ਅਸੀਂ ਪੜ ਲਈਆਂ ਸਾਡੇ ਘਰਾਂ ਦੇ ਵਿੱਚ ਹੁੰਦੀਆਂ ਪਰ ਜਿਵੇਂ ਰਣਦੇਰ ਸਿੰਘ ਕਪੂਰ ਨੇ ਕਦੇ ਕਿਹਾ ਸੀ ਕਿ ਕੁਝ ਕਿਤਾਬਾਂ ਸਾਡੇ ਪੁਰਖਿਆਂ ਸਾਡੇ ਬਜ਼ੁਰਗਾਂ ਵਰਗੀਆਂ ਹੁੰਦੀਆਂ ਬਹੁਤ ਸਵਾਰਕਾਰ ਨਾਲ ਰੱਖੀਆਂ ਜਾਂਦੀਆਂ ਕੁਝ ਕਿਤਾਬਾਂ ਸਾਡੇ ਮਾਪਿਆਂ ਵਰਗੀਆਂ ਹੁੰਦੀਆਂ ਜਿਨ੍ਹਾਂ ਨੇ ਜ਼ਿੰਦਗੀ ਦੇ ਸਬਕ ਸਿਖਾਏ ਹੁੰਦੇ ਆ ਜੀਵਨ ਦਿੱਤਾ ਹੁੰਦਾ ਕੁਝ ਕਿਤਾਬਾਂ ਸਾਡੇ ਦਾਦੇ-ਦਾਦੀ ਸਾਡੇ ਨਾਨੇ-ਨਾਨੀ ਦੀ ਗੋਦੀ ਵਰਗੀਆਂ ਹੁੰਦੀਆਂ ਜਿਹੜੀਆਂ ਹਰ ਵਾਰ ਮੋਹ ਪਿਆਰ ਨਾਲ ਸਾਨੂੰ ਹੁਲਾਰਾ ਦਿੰਦੀਆਂ ਕੁਝ ਕਿਤਾਬਾਂ ਪ੍ਰੇਮ ਕਾਵਾਂ ਵਰਗੀਆਂ ਹੁੰਦੀਆਂ ਚੋਰੀ-ਚੋਰੀ ਬਹੁਤ ਵਾਰੀ ਪੜੀਆਂ ਹੁੰਦੀਆਂ ਤੇ ਕੁਝ ਕਿਤਾਬਾਂ ਅਧਿਆਪਕਾਂ ਵਰਗੀਆਂ ਵੀ ਹੁੰਦੀਆਂ ਜਿਹੜੀਆਂ ਜ਼ਿੰਦਗੀ ਦੇ ਸਭ ਕੁਝ ਸਿਖਾਉਂਦੀਆਂ ਮੰਜ਼ਲ ਦੇ ਸੰਕੇਤ ਦੱਸਦੀਆਂ ਕਿੱਧਰ ਜਾਣਾ ਕਿੱਦਾਂ ਜਾਣਾ ਇਹ ਜੀਵਨ ਦੇ ਵਿੱਚ ਦੱਸਣ ਦੇ ਲਈ ਕਿਤਾਬਾਂ ਦੀ ਬਹੁਤ ਮਹੱਤਤਾ ਆ ਕਿਤਾਬਾਂ ਦੀ ਮਹੱਤਤਾ ਤੋਂ ਕਦੇ ਵੀ ਮਨਕਰ ਨਹੀਂ ਹੋਇਆ ਜਾ ਸਕਦਾ ਦੁਨੀਆ ਦਾ ਕੋਈ ਵੀ ਵਿਅਕਤੀ ਕੋਈ ਵੀ ਸਫਲ ਵਿਅਕਤੀ ਕਿਤਾਬਾਂ ਦੀ ਮਹੱਤਤਾ ਤੋਂ ਮਨਕਰ ਨਹੀਂ ਆ ਅੱਜ ਤੋਂ ਲਗਭਗ 2000 ਸਾਲ ਪਹਿਲਾਂ ਬਹੁਤ ਵੱਡੇ ਫਿਲਾਸਫਰ ਮਰਕਸ ਸਿਸਰੋ ਨੇ ਇਹ ਗੱਲ ਕਹਿ ਦਿੱਤੀ ਸੀ ਕਿ ਕਿਤਾਬਾਂ ਤੋਂ ਬਿਨਾ ਕਮਰਾ ਇਸ ਤਰ੍ਹਾਂ ਆ ਜਿਵੇਂ ਰੂਹ ਤੋਂ ਬਿਨਾ ਸਰੀਰ ਕਿਸੇ ਪੁਸਤਕ ਨੂੰ ਜਦੋਂ ਕੋਈ ਵਿਅਕਤੀ ਮਿਲਦਾ ਜਦੋਂ ਤੁਸੀਂ ਕਿਸੇ ਪੁਸਤਕ ਨੂੰ ਦੇਖਦੇ ਹੋ ਉਹਨੂੰ ਚੱਕਦੇ ਹੋ ਆਪਣੇ ਹੱਥਾਂ ਦੇ ਨਾਲ ਛੋਹਦੇ ਹੋ ਉਹਨੂੰ ਪੜ੍ਹਦੇ ਹੋ ਇਹ ਸ਼ਾਇਦ ਜੀਵਨ ਦੇ ਬਹੁਤ ਮਹੱਤਵਪੂਰਨ ਪਲ ਹੁੰਦੇ ਨੇ ਕੁਵਿੰਦਰ ਚਾਂਦ ਨੇ ਲਿਖਿਆ ਕਿ ਮੁਸਕਰਾ ਕੇ ਪੁਸਤਕਾਂ ਨੂੰ ਬੱਚਿਆਂ ਨੇ ਚੁੰਮਿਆ ਜ਼ਿੰਦਗੀ ਨੂੰ ਜ਼ਿੰਦਗੀ ਦੇ ਨਾਇਕਾਂ ਨੇ ਚੁੰਮਿਆ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ